94 ਨੰਬਰ ਮੁਕੱਦਮਾ ਹੈ ਸਿਟੀ 2 ਦਾ ਜਿਹੜਾ CAA ਵੱਲੋਂ ਦਿੱਤਾ ਗਿਆ ਇਹ 10 ਤਰੀਕ ਦਾ ਪਰਚਾ ਹੈਗਾ ਇਹਦੇ ਵਿੱਚ 2 ਅਕਿਊਜ਼ਡ ਅਰੈਸਟ ਕੀਤੇ ਆ ਇਮਰਾਨ ਖਾਨ ਅਤੇ ਮੁਹੰਮਦ ਅਨੀਸ ਇਹ CAA ਟੀਮ ਵੱਲੋਂ ਬੜਾ ਵਧੀਆ ਕੰਮ ਕੀਤਾ ਗਿਆ DSPD ਦੀ ਨਿਗਰਾਨੀ ਹੇਠ ਇਹਦੇ ਵਿੱਚ 2 ਅਕਿਊਜ਼ ਫੜੇ ਆ ਜਿਨ੍ਹਾਂ ਕੋਲ ਕਮਰਸ਼ਲ ਕੁਆਂਟਿਟੀ ਦੇ ਹਿਸਾਬ ਨਾਲ 20,000 ਗੋਲੀਆਂ ਫੜੀਆਂ ਅਤੇ ਹੁਣ ਇਹਨਾਂ ਦੀ ਅੱਗੇ ਪੁੱਛਗਿੱਛ ਜਾਰੀ ਹੈ ਇਹ ਜਿਹੜਾ ਸੀਗਾ ਕਲੀਆ ਸ਼ਰੀਫ ਸਹਾਰਨਪੁਰ ਤੋਂ ਲੈ ਕੇ ਆਉਂਦੇ ਆ ਇੱਥੇ ਫਿਰ 10-10 ਕਰਕੇ 20-20 ਕਰਕੇ ਗੋਲੀਆਂ 100-100 ਕਰਕੇ ਅੱਗੇ ਵੰਡਦੇ ਆ ਅਤੇ ਇੱਕ ਬੜੀ ਅੱਛੀ ਰਿਕਵਰੀ ਹੈ ਦੂਜਾ ਪਰਚਾ ਹੈਗਾ 97 ਨੰਬਰ FIR ਹੈ 11 ਤਰੀਕ ਦਾ ਇਹ ਵੀ NDPS ਦਾ ਕਮਰਸ਼ਲ ਕੁਆਂਟਿਟੀ ਦੇ ਵਿੱਚ 1 ਕੁਇੰਟਲ ਅਤੇ 50 ਕਿਲੋ ਪੋਪੀ ਹਸਕ ਜਿਹਨੂੰ ਆਪਾਂ ਚੂਰਾ ਪੋਸਟ ਕਹਿੰਦੇ ਹਾਂ ਇਹਦੇ 'ਚ ਅਕਿਊਜ਼ਡ ਗੁਰਜਿਤ ਜਤਿੰਦਰ ਹੈ ਨਾਭੇ ਦਾ ਨਾਲ ਇਹਦਾ ਟਰੱਕ ਰਿਕਵਰ ਕੀਤਾ ਅਤੇ ਇਹ 1-2 ਜਿਹੜੇ NDPS ਦੇ ਪਰਚੇ ਅਸੀਂ ਦਿੱਤੇ ਸੀਗੇ ਇਹਦੇ ਬਾਰੇ ਕੋਈ ਤੁਹਾਡਾ ਸਵਾਲ ਹੈ ਸਰ ਕਿੱਥੋਂ ਲਿਆ ਰਹੇ ਇਹ MP ਤੋਂ ਲੈ ਕੇ ਆਉਂਦਾ ਚੂਰਾ ਪੋਸਟ ਦੀ ਗੱਲ ਕਰ ਰਹੇ ਹਾਂਜੀ ਹਾਂਜੀ MP ਤੋਂ ਕਿੰਨੀ ਕੁਆਂਟਿਟੀ ਦੀ ਸਰ ਇਹ 1 ਕੁਇੰਟਲ ਤੇ 50 ਕਿਲੋ ਸਰ ਜਿਹੜੇ ਇਮਰਾਨ ਫਰੈਗ ਗੋਲੀਆਂ ਵਾਲਾ ਇਹਦੇ ਤੇ ਪਹਿਲਾਂ ਵੀ ਪਰਚੇ ਹੈ ਜੀ ਇਹਦੇ ਤੇ ਆਲਰੇਡੀ ਪਹਿਲੇ ਪਰਚੇ ਹੈਗੇ ਆ ਇੱਕ ਪਰਚਾ ਪਹਿਲੇ ਹੈਗਾ ਪਹਿਲਾਂ ਵੀ ਕਾਫੀ ਗੋਲੀਆਂ ਬਣੀਆਂ ਸੀ ਹਾਂਜੀ ਤੇ ਸਰ ਜਿਹੜੀ ਲੜਕੀ ਦੇ ਨਾਲ ਉਹ ਦੂਜਾ FIR ਅੱਛਾ ਜੀ ਅਮਰਗੜ੍ਹ ਦਾ ਵੱਖਰਾ ਇਹ ਆਪਾਂ ਅਜੇ ਜਿਹੜੇ CAA ਵੱਲੋਂ ਹੋਏ ਆ ਠੀਕ ਹੈ ਕੀਤਾ ਹੈਗਾ ਉਹਦੇ 'ਚ ਅਸੀਂ 1 ਹਫ਼ਤੇ ਦੀ ਜਿਹੜੀ ਕਾਰਗੁਜ਼ਾਰੀ ਹੈ ਅਸੀਂ ਟੋਟਲ ਹਜੇ ਤੀਕਰ NDPS ਦੇ 10 ਪਰਚੇ ਦਿੱਤੇ ਆ 1 ਹਫ਼ਤੇ 'ਚ ਜਿਹਦੇ 'ਚ ਅਸੀਂ 14 ਅਕਿਊਜ਼ ਅਰੈਸਟ ਕੀਤੇ ਆ ਉਹਦੇ ਵਿੱਚ ਜਿਹੜਾ ਪੋਪੀ ਹਸਕ ਹੈ ਕੁਛ ਹੈਰੋਇਨ ਬਰਾਮਦ ਹੈ ਕੁਛ ਗੋਲੀਆਂ ਵਾਲੇ ਪਰਚੇ ਸੀਗੇ ਅਤੇ ਟੋਟਲ ਹਜੇ ਤੀਕਰ 1 ਹਫ਼ਤੇ 'ਚ ਅਸੀਂ 36 ਬੰਦੇ ਅਰੈਸਟ ਕੀਤੇ ਆ ਕੋਈ ਲੜਾਈ ਝਗੜੇ ਵਾਲੇ ਆ ਕੋਈ 307 ਦੇ ਹੈ ਕੋਈ ਮਰਡਰ ਵਾਲੇ ਹੈ ਅਤੇ 3 PO ਅਰੈਸਟ ਕੀਤੇ 1 ਹਫ਼ਤੇ 'ਚ ਅਤੇ ਟੋਟਲ 1 ਹਫ਼ਤੇ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਹੈਰੋਇਨ ਕਿੰਨੀ ਗ੍ਰਾਮ ਦਿੱਤੀ ਹੈਰੋਇਨ 45 ਗ੍ਰਾਮ ਇਹ ਸਾਰੇ ਦੇ ਵਿੱਚ ਇੱਕ ਡੇਟ ਗਲਤ ਲਿਖੀ ਹੈ ਤੁਸੀਂ ਅਮਰਗੜਾ ਲੇਡੀਜ਼ ਵਾਲੇ ਮਾਮਲੇ 'ਚ 26/8/24 ਨੂੰ ਇਤਲਾਹ ਲਿਖੀ ਹੈ 26/8/24 ਦਾ ਧਿਆਨ ਸਹੀ 26/7/24 ਹੈ 26/7 ਹੈ ਉਹ ਓਕੇ ਸਰ ਮਿਸਿੰਗ ਡੇਟ 26/7/24 ਹੋ ਗਿਆ ਨਾ 26/7/24 ਹਾਂਜੀ ਉਹ ਮੌਕੇ ਤੇ ਆ ਗਿਆ ਉਸ ਤਰ੍ਹਾਂ ਇਹਨਾਂ ਨੇ ਮਾਰਤਾ ਪਹਿਲੇ ਇਹਨਾਂ ਨੇ ਮਿਸਿੰਗ ਦਾ ਪਰਚਾ ਦਰਜ ਹੋਇਆ ਸੀਗਾ ਇਹ ਪਰਚਾ ਜਿਹੜਾ ਸੀਗਾ 30 ਤਰੀਕ ਦਾ ਦਰਜ ਸੀਗਾ ਜਾਇ ਸੰਬੰਧਾਂ ਕਰਕੇ ਮਾਰੇ ਹਾਂਜੀ ਮਾਰਿਆ ਕਿਦਾਂ ਜੀ ਗਰਦਰ ਕੋਲ ਨੂੰ ਕੋਈ ਜਾ ਇਹ ਸਿਰ ਤੇ ਸੱਟਾ ਮਾਰ ਕੇ ਮਾਰਿਆ ਸੀਗਾ ਕੋਈ ਵੈਪਨ ਬਾਰੇ ਉਹ ਹਜੇ ਰਿਕਵਰੀ ਕਰਾਵਾਂਗੇ ਹਜੇ ਇਹਨਾਂ ਨੂੰ ਪੇਸ਼ ਕਰਕੇ ਨਾ ਜੀ ਪੁਲਿਸ ਹਜੇ ਤਾਂ ਰਿਮਾਂਡ 'ਤੇ ਲਵਾਂਗੇ ਫਿਰ ਅਜੇ ਬੋਡੀ ਵੀ ਰਿਕਵਰ ਕਰਾਉਣੀ ਹੈ ਹਾਂ ਇਹਦੇ ਤਾਂ ਹੀ ਉਹ 201 ਦਾ ਵਾਧਾ ਜ਼ਰੂਰ ਵੀ ਕੀਤਾ